ਸਤਿ ਸ਼੍ਰੀ ਅਕਾਲ ਜੀ, ਮੈਂ ਖੁਸ਼ੀ ਸਰਾਂ ਤੇ ਲੈ ਕੇ ਹਾਜ਼ਰ ਹਾਂ ਖਰੀਆਂ ਖਰੀਆਂ। ਬਾਲੀਵੁੱਡ ਸਿੰਗਰ ਮੀਕਾ ਸਿੰਘ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਘਿਰਿਆ ਹੀ ਰਹਿੰਦਾ ਹੈ। ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਥੋੜ੍ਹੇ ਦਿਨ ਪਹਿਲਾਂ ਹੀ ਮੀਕਾ ਸਿੰਘ ਦੁਬਈ ਦੇ ਵਿੱਚ ਗਿਆ ਸੀ, ਜਿੱਥੇ ਉਸਦੇ ਉੱਪਰ ਇੱਕ ਬ੍ਰਾਜ਼ੀਲ ਦੀ 17 ਸਾਲ ਦੀ ਮਾਡਲ ਨੇ ਅਸ਼ਲੀਲ ਫੋਟੋਆਂ ਭੇਜਣ ਦਾ ਇਲਜ਼ਾਮ ਲਗਾਇਆ, ਜਿਸ ਕਰਕੇ ਦੁਬਈ ਦੀ ਪੁਲਿਸ ਦੇ ਵੱਲੋਂ ਮੀਕਾ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਉਸ ਤੋਂ ਬਾਅਦ ਇਹ ਖਬਰ ਆਈ ਕਿ ਮੀਕਾ ਸਿੰਘ ਜੇਲ੍ਹ ਦੇ ਵਿੱਚੋਂ ਛੁੱਟ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਰਾਖੀ ਸਾਵੰਤ ਮੀਕਾ ਸਿੰਘ ਦੇ ਜੇਲ੍ਹ ਦੇ ਵਿੱਚੋਂ ਛੁੱਟਣ ਦੀ ਖੁਸ਼ੀ ਨੂੰ ਬਿਆਨ ਕਰ ਰਹੀ ਹੈ। ਆਓ ਦੇਖਦੇ ਹਾਂ ਵਾਇਰਲ ਹੋ ਰਿਹਾ ਇਹ ਵੀਡੀਓ। ਹਾਏ ਦੋਸਤੋ, ਮੈਂ ਅੱਜ ਵੀ ਆਪਕੋ ਸਭਕੋ ਗੁੱਡ ਨਿਊਜ਼ ਦੇ ਰਹੀ ਹੂੰ। ਮੈਂ ਬਹੁਤ 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 ਜ਼ਿਆਦਾ ਖੁਸ਼ ਹੂੰ ਕਿ ਹਮਾਰੇ ਮੀਕਾ ਜੋ ਹੈ ਦੁਬਈ ਕੀ ਜੇਲ੍ਹ ਸੇ ਛੁੱਟ ਚੁੱਕੇ ਹੈ ਔਰ ਬਾਇੱਜ਼ਤ ਬਰੀ ਹੋ ਚੁੱਕੇ ਹੈ। ਔਰ ਮੈਂ ਇਤਨੀ 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 ਜ਼ਿਆਦਾ ਖੁਸ਼ ਹੂੰ ਕਿ ਮੇਰੀ ਗੋਡ ਨੇ ਮੇਰੀ ਸੁਣ ਲਈ, ਮੇਰੇ ਪ੍ਰਭੂ ਨੇ ਮੇਰੀ ਸੁਣ ਲਈ, ਮੇਰੇ ਜੀਸਸ ਕ੍ਰਾਈਸਟ ਨੇ, ਪਿਤਾ ਪਰਮੇਸ਼ਵਰ ਨੇ ਸੁਣ ਲਈ ਕਿ ਮੇਰਾ ਜੋ ਮਿੱਤਰ ਹੈ ਉਹ ਛੁੱਟ ਗਿਆ ਹੈ ਮੀਕਾ। ਔਰ ਮੈਂ ਇਤਨੀ ਖੁਸ਼ ਹੂੰ ਔਰ ਮੈਂ ਕਬ ਸੇ ਕੱਲ ਸੇ ਮਿਹਨਤ ਕਰ ਰਹੀ ਹੂੰ, ਕੱਲ ਰਾਤ ਸੇ ਅਭੀ ਮੇਰੀ ਤਬੀਅਤ ਠੀਕ ਵੀ ਹੈ ਔਰ ਮੈਂ ਇਤਨੀ ਮਿਹਨਤ ਕਰ ਰਹੀ। ਥੈਂਕ ਯੂ ਗੋਡ, ਆਈ ਲਵ ਯੂ ਮਾਈ ਜੀਸਸ, ਆਈ ਲਵ ਯੂ ਮਾਈ ਜੀਸਸ ਗੋਡ ਕਿ ਆਪਣੇ ਮਿੱਕਾ ਕੋ ਛੋੜ ਦਿਆ ਜੇਲ ਸੇ। ਮੈਨੇ ਬਹੁਤ ਮਿਹਨਤ ਕਰੀ, ਮੈਨੇ ਬਹੁਤ ਮਿਹਨਤ ਕਰੀ, ਬਹੁਤ ਮਿਹਨਤ ਕਰੀ ਗੋਡ, ਆਈ ਐਮ ਵੈਰੀ ਹੈਪੀ ਮਿੱਕਾ ਛੁੱਟ ਚੁੱਕਾ ਹੈ। ਗੁੱਡ ਨਿਊਜ਼ ਮੈਂ ਆਪ ਸਭਕੋ ਦੇਤੀ ਹੂੰ। ਸੋ ਦੇਖਿਆ ਦੋਸਤ, ਉਹੀ ਰਾਖੀ ਸਾਵੰਤ ਜਿਹਨੇ ਮੀਕਾ ਸਿੰਘ ਦੇ ਉੱਪਰ ਇੱਕ ਵਾਰ ਕੇਸ ਕੀਤਾ ਸੀ ਤੇ ਅੱਜ ਮੀਕਾ ਸਿੰਘ ਦੇ ਜੇਲ੍ਹ 'ਚੋਂ ਛੁੱਟਣ ਤੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰ ਰਹੀ ਹੈ। ਕਿ ਇਹ ਦੋਨਾਂ ਦਾ ਪੈਚਅਪ ਹੋ ਗਿਆ ਹੈ, ਇਹ ਦੋਨੋਂ ਫਿਰ ਤੋਂ ਦੋਸਤ ਬਣ ਗਏ ਨੇ, ਕਿ ਜੋ ਰਾਖੀ ਸਾਵੰਤ ਦਿਖਾ ਰਹੀ ਹੈ ਇਹ ਸੱਚ ਹੈ ਜਾਂ ਫਿਰ ਇਹਦੇ ਪਿੱਛੇ ਰਾਖੀ ਸਾਵੰਤ ਦਾ ਇੱਕ ਹੋਰ ਚਿਹਰਾ ਲੁਕਿਆ ਹੋਇਆ ਹੈ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 News and click the bell icon.